ਕਰਕੇ ਪਿਸ਼ਾਬ ਤੱਕ ਲੈਟਰਿੰਗ ਤੱਕ ਘਰਾ ਕੇ ਤੇ ਬਿਠਾਉਣਾ ਪੈਂਦਾ ਇਹਨਾਂ ਨੂੰ ਆਪ ਹੱਥ ਲੈਟਰਿੰਗ ਤੱਕ ਚੁਕਣੀ ਪੈਂਦੀ ਇਹਨਾਂ ਦੇ ਅੰਦਰ ਬਾਥਰੂਮ ਉੱਥੇ ਬੈਠਾ ਬੈਠ ਕੇ ਬਾਥਰੂਮ ਕਰੀ ਜਾਂਦੇ ਆ ਤੇ ਉੱਥੇ ਧੋਣਾ ਪੈਂਦਾ ਰੋਜ਼ਾਨਾ 60 65 ਸਾਲ ਦਾ ਬਜ਼ੁਰਗ ਬੰਦਾ ਤੁਸੀਂ ਦੱਸੋ ਕਿ ਇਹੋ ਜੇ ਕੰਮ ਕਰ ਹੈਗਾ ਮਾਤਾ ਫਿਕਰ ਨਾਲ ਦੇਖੋ ਇਹਨਾਂ ਦੀ ਕੀ ਹਾਲਤ ਹੈ ਤੇ ਆਪ ਹੀ ਇਹਦੇ ਬਾਥਰੂਮ ਉਤਰਾਵੇਂ ਸਭ ਕੁਝ ਧੋਂਦੀ ਧਾਂਦੀ ਸਭ ਕੁਝ ਕਰਨਾ ਪੈਂਦਾ ਬਾਹਰ ਲੈਟਰਿੰਗ ਜੇ ਕਰ ਰਹੇ ਤੇ ਤੂੰ ਵੀ ਆਪ ਚੁਕਣਾ ਪੈਂਦਾ ਜੋ ਵੀ ਕੀਤਾ ਆਪਣੇ ਸਿਰ ਬੁਸੇਰੀ ਡੈਡੀ ਨੇ ਕੀਤਾ ਵਾ ਤੇ ਪਰ ਨਹੀਂ ਹੁਣ ਸਾਡੇ ਆਤੋ ਕੀ ਜਦੋਂ ਕੋਈ ਵੀ ਗੱਲ ਦੀ ਆਤੋ ਹੋ ਜਾਂਦੀ ਹੈ ਨਾ ਉਹ ਬੇਵੱਸ ਹੋ ਗਿਆ ਹੈ ਮਾਪਿਓ ਵੀ ਬੇਵੱਸ ਹੋ ਗਿਆ ਹਨ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਅਸੀਂ ਤੁਹਾਨੂੰ ਇੱਕ ਦਰਦਨਾਕ ਕਹਾਣੀ ਦੱਸਣ ਜਾ ਰਹੇ ਹਾਂ ਮਾਪਿਆਂ ਦੇ ਦੋ लाडले ਪੁੱਤਰ ਜਿਨ੍ਹਾਂ ਨੂੰ ਕਿਸੇ ਮਜਬੂਰੀ ਕਰਕੇ ਸੰਗਲਾ ਨਾਮ ਬੰਨਣਾ ਪਿਆ ਉਹਨਾਂ ਮਾਪਿਆਂ ਕੋਲ ਪਹੁੰਚੇ ਆ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਘਮਾਣ ਦੇ ਨੇੜੇ ਪਿੰਡ ਚੌੜੇ ਵਿਖੇ ਬਲਦੇਵ ਸਿੰਘ ਦੇ ਘਰ ਪਹੁੰਚੇ ਆ ਜੋ ਕਿ ਲੰਬੇ ਸਮੇਂ ਤੋਂ ਅਖਬਾਰਾਂ ਵੇਚਣ ਦਾ ਕੰਮ ਕਰਦੇ ਨੇ ਅਖਬਾਰਾਂ ਵੇਚ ਕੇ ਆਪਣਾ ਪਰਿਵਾਰ ਪਾਲਦੇ ਨੇ ਦੋ ਪੁੱਤਰ ਨੇ ਉਹਨਾਂ ਦੇ ਦੋ ਧੀਆਂ ਨੇ ਪਰੰਤੂ ਦੋ ਪੁੱਤਰ ਨੇ ਜਿਹੜੇ ਜਵਾਨ ਨੇ ਜਿਨ੍ਹਾਂ ਨੇ ਵੱਡੇ ਹੋ ਕੇ ਉਹ ਉਹਦਾ ਜਿਹੜਾ ਸਹਾਰਾ ਬਣਨਾ ਸੀ ਪਰੰਤੂ ਅੱਜ ਉਹ ਪਿਓ ਉਹਨਾਂ ਬੱਚਿਆਂ ਨੂੰ ਸੰਭਲਣ ਲਈ ਮਜਬੂਰ ਆ ਕਿਉਂਕਿ ਮਾਨਸਿਕ ਤੌਰ ਤੇ ਮੰਦਬੁੱਧੀ ਨੇ ਬੱਚੇ ਜਿਸ ਕਰਕੇ ਬੱਚਿਆਂ ਨੂੰ ਜਿਹੜਾ ਉਹ ਸੰਗੜਾ ਨਾਲ ਬੰਨ ਕੇ ਰੱਖਣਾ ਪੈਂਦਾ ਉਹਨਾਂ ਦਾ ਕਹਿਣਾ ਕਿ ਲੰਮੇ ਸਮੇਂ ਤੋਂ ਇਲਾਜ ਜਿਹੜਾ ਉਹ ਕਰਵਾ ਰਹੇ ਨੇ ਪਰੰਤੂ ਇਸ ਵੇਲੇ ਹਾਲਾਤ ਇਹ ਬਣ ਚੁੱਕੇ ਨੇ ਕਿ ਰੋਟੀ ਤੋਂ ਉਹਨਾਂ ਨੂੰ ਔਖਾ ਹੋਇਆ ਪਿਆ ਰੋਟੀ ਖਾਣੀ ਜਿਹੜੀ ਘਰ ਦੇ ਵਿੱਚ ਮੁਸ਼ਕਲ ਆ ਜਿੰਨੇ ਕਮਾਈ ਸੀ ਉਹ ਬੱਚਿਆਂ ਦੀ ਜਿਹੜੀ ਉਹ ਬਿਮਾਰੀ ਤੇ ਲੱਗ ਰਹੀ ਆ ਉਹ ਵੱਖ-ਵੱਖ ਡਾਕਟਰਾਂ ਕੋਲੋਂ ਜਾ ਕੇ ਲਾਜ ਜਿਹੜੇ ਇਹਨੇ ਕਰਵਾ ਚੁੱਕੇ ਨੇ ਪਰੰਤੂ ਉਹ ਇਸ ਵੇਲੇ ਸਰਕਾਰਾਂ ਨੂੰ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਦੀ ਕੋਈ ਮਦਦ ਕੀਤੀ ਜਾਵੇ ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਇਹ ਹਾਲਾਤ ਕਿਵੇਂ ਬਣੇ ਤੇ ਕੀ ਇਹ ਮਸਲਾ ਸਾਰਾ ਬਲਦੇਵ ਸਿੰਘ ਜੀ ਇਹ ਤੁਹਾਡੇ ਬੱਚੇ ਜਿਹੜੇ ਲੰਬੇ ਸਮੇਂ ਤੋਂ ਤੁਸੀਂ ਦੱਸ ਰਹੇ ਜੇ ਕਿ ਮੰਦਬੁੱਧੀ ਨੇ ਕੀ ਘਟਨਾ ਵਾਪਰੀ ਹੈ ਬੱਚੇ ਕਦੋਂ ਦੇ ਸੀ ਜਦੋਂ ਦੇ ਇਹ ਹਾਲਾਤ ਬੜੇ ਇਹ ਕੀ ਸਾਰੀ ਗੱਲ ਦੱਸੋ ਸਭ ਦੇਖੋ ਜੀ ਇਹ ਬੱਚੇ ਪੜਦੇ ਹੁੰਦੇ ਹੀ 10-10 ਜਮਾਤਾਂ ਪੜੇ ਆ ਬੜੇ ਸੋਹਣੇ ਹੀ ਕੋਈ ਗੱਲਬਾਤ ਨਹੀਂ ਗਈ ਤੇ ਮੈਂ 40-45 ਸਾਲ ਤੋਂ ਇਹ ਪੇਪਰ ਵੇਚਦਾ ਜੀ ਅਖਬਾਰਾਂ ਵੇਚਦਾ ਰਿਆਂ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਤਾ ਨਹੀਂ ਐਸੀ ਕੋ ਰੱਬ ਦੀ ਮਰਜ਼ੀ ਹੋਈ ਆ ਇਹ ਇਹਨਾਂ ਦੇ ਦਿਮਾਗ ਤੇ ਨੁਕਸ ਪੈ ਗਿਆ ਮੈਂ ਅੰਮ੍ਰitsar ਪਠਾਨਕੋਟ ਕਿਤੇ ਗਰਦਾਸਪੁਰ ਆਪਣਾ ਲੁਧਿਆਣੇ ਕਈ ਥਾਂ ਤੇ ਮੈਂ ਜਾ ਜਾ ਕੇ ਤੇ ਇਹਨਾਂ ਨੂੰ ਦਵਾਈ ਦਾ ਪ੍ਰਬੰਧ ਕੀਤਾ ਤੇ ਪਰ ਨਹੀਂ ਕੋਈ ਫਰਕ ਪਿਆ ਤੇ ਹੁਣ ਸਭ ਕੋ ਮੈਨੂੰ ਮਾਰਨ ਪੈਂਦੇ ਮੈਂ ਤੇ ਬਜ਼ੁਰਗ ਹੋ ਗਿਆ ਤੇ ਬੜਾ ਔਖਾ ਘੜੀ ਨੰਗਣ ਲਈ ਨੇਰੀ ਤੇ ਇਹ ਕਰਕੇ ਮੇਰੀ ਕੋਈ ਮਦਦ ਕੀਤੀ ਜਾਵੇ ਸਰਕਾਰ ਵੱਲੋਂ ਕਿਤੇ ਕਿੰਨੇ ਚਿਰ ਤੇ ਸੀ ਜਦੋਂ ਇਹ ਸਕੂਲੋਂ ਪੜ੍ਹਨੇ ਹਟੇ ਤੇ ਇੱਕ ਕਦਮ ਉਹਨਾਂ ਨੂੰ ਪ੍ਰੋਬਲਮ ਆਈ ਇਹ ਜੀ 15-15 20-20 ਸਾਲ ਦੇ ਹੋ ਗਏ ਜਦੋਂ ਇਹਨਾਂ ਨੂੰ ਇਹ ਪ੍ਰੋਬਲਮ ਆ ਹੋਈ ਆ ਕੋਈ ਸਮਝ ਨਹੀਂ ਲੱਗੀ ਕਿ ਕੀ ਹੋਕ ਹੀ ਗਿਆ ਤੇ ਬਸ ਮੈਨੂੰ ਲੋਕਾਂ ਨੇ ਆਖਿਆ ਵੀ ਉਹਨਾਂ ਨੂੰ ਡਾਕਟਰ ਕੋਲ ਲਾ ਜਾ ਮੈਂ ਡਾਕਟਰ ਕੋਈ ਕਈਆਂ ਡਾਕਟਰਾਂ ਕੋ ਖੜਿਆ ਮੈਂ ਚੰਗੇ ਭਲੇ ਸੀਨੀਅਰ ਡਾਕਟਰਾਂ ਕੋ ਤੇ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੋਇਆ ਇਹ ਸਗਲਾਂ ਦਾ ਬੰਨਣ ਦੀ ਕਿਉਂ ਲੋੜ ਪਈ ਤੁਹਾਨੂੰ ਸੰਗਲ ਨਾਲ ਬੰਨਣ ਦੀ ਲੋੜ ਤਾਂ ਪੈਂਦੀ ਆ ਵੀ ਇਹ ਮਾਰਨ ਪੈਂਦੇ ਆ ਜਿਹਨਾਂ ਮੇ ਘਰਾਂ ਉਹਦਾ ਮੈਨੂੰ ਮਾਰਨ ਪੈਂਦੇ ਤੇ ਫਿਰ ਮੈਂ ਬੰਦੇ ਚਾਰ ਇਕੱਠੇ ਕਰਕੇ ਤੇ ਇਹਨਾਂ ਨੂੰ ਬੰਨਿਆ ਬੰਨਿਆ ਤੇ ਫਿਰ ਜਹਾਂ ਟੱਟੀ ਪਿਸ਼ਾਬ ਤੋਂ ਵੀ ਬੜੇ ਬੜੀ ਤੰਗੀ ਆ ਜੇ ਖੋਲ ਕੇ ਟੱਟੀ ਪਿਸ਼ਾਬ ਕਰਾਉਣ ਜਾਈਏ ਤੇ ਫਿਰ ਬੰਦੇ ਇਕੱਠੇ ਕਰਕੇ ਤੇ ਇਹਨਾਂ ਨੂੰ ਬੰਨਣਾ ਪੈਂਦਾ ਬਹੁਤ ਜ਼ਿਆਦਾ ਮੁਸ਼ਕਲ ਜੀ ਹੋ ਗਈ ਆ ਕੀ ਤੁਹਾਨੂੰ ਲੱਗਦਾ ਵੀ ਇਹ ਮਤਲਬ ਜਿਹੜੀ ਦਵਾਈ ਖਾਣ ਤੋਂ ਬਾਅਦ ਵੀ ਫਰਕ ਨਹੀਂ ਪੈ ਰਿਹਾ ਦੇਖੋ ਜੀ ਜੇ ਤੇ ਕੋਈ ਚੰਗਾ ਭਲਾ ਡਾਕਟਰ ਟੱਕਰ ਜੇ ਰਾਮ ਤੇ ਆ ਸਕਦਾ ਵਾ ਤੇ ਪਰ ਹੁਣ ਮੈਂ ਮੈਂ ਮਜਬੂਰ ਹੋ ਗਿਆ ਤੇ ਮੇਰਾ ਸਰੀਰ ਵੀ ਮਾਰਾ ਹੋ ਗਿਆ ਫਿਕਰ ਕਰ ਕਰਕੇ ਤੇ ਮੇਰੇ ਅੱਗੇ ਮੈਂ ਛਾਟ ਅਖਬਾਰਾਂ ਦੇਖ ਤੇ ਅੰਮ੍ਰਿਤਸਰ ਜਾ ਵਰਦਨ ਹਾਂ ਤੇ ਦਵਾਈ ਲੈ ਆਉਣਾ ਨਾ ਹੁਣ ਮੇਰਾ ਅਖਬਾਰਾਂ ਜਦੋਂ ਮੈਂ ਦੇਖਿਆ ਉਹਨਾਂ ਮੇਰਾ ਕੇਸ ਬਨੇ ਜਾਣ ਨੂੰ ਜੀ ਨਹੀਂ ਕਰਦਾ ਤੇ ਬੇਵਸੀ ਜੀ ਗੱਲ ਹੋ ਗਈ ਆ ਕਿੰਨਾ ਚਿਰ ਦਵਾਈ ਉਹਨਾਂ ਨੂੰ ਖਵਾਈ ਦਵਾਈ ਮੈਂ ਉਹਨਾਂ ਨੂੰ ਘਰ ਤੋਂ ਘਰ ਤੇ 20-22 ਸਾਲ ਪੰਜੀ ਖਵਾ ਦਿੱਤੀ 25 ਸਾਲ ਹੋ ਗਏ ਨਾ ਦੋਵੇਂ ਮੁੰਡੇ ਇਸੇ ਤਰ੍ਹਾਂ ਨੇ ਦੋਵੇਂ ਦੋਵੇਂ ਇਸੇ ਤਰ੍ਹਾਂ ਜੋ ਮੇਰੇ ਕੋ ਪਹਹਾਤੇ ਲਾ ਜੋ ਮੇਰੇ ਕੋ ਗਾਣਾ ਘਟਾ ਸਾ ਮੈਂ ਭੈਣ ਚ ਉਹਦੇ ਨਾਲ ਲਾਤਾ ਤੇ ਕੀ ਆਪਣੇ ਲੱਗਦਾ ਨਹੀਂ ਕੋਈ ਫਰਕ ਲੱਗਦਾ ਹੋਵੇ ਕੋ ਦਵਾਈ ਦੇ ਨਾਲ ਨਹੀਂ ਕੋਈ ਫਰਕ ਲੱਗਦਾ ਨਹੀਂ ਡਾਕਟਰ ਕਹਿੰਦਾ ਸੀ ਵੀ ਸਾਰੀ ਉਮਰ ਖਵਾਲੀ ਜਾ ਦਵਾਈ ਤੇ ਮੈਂ ਹੁਣ ਸਾਰੀ ਉਮਰ ਕਿੱਥੋਂ ਖਾਲੀ ਜਾਵਾਂ ਘਰ ਚ ਹੋਰ ਕੋਈ ਤੁਹਾਡਾ ਇਨਕਮ ਸੋਰਸ ਜਾਂ ਨਹੀਂ ਕੁਛ ਨਹੀਂ ਜੇ ਕੋਈ ਸਮਾਜ ਸੇਵੀ ਜਥੇਬੰਦੀ ਜਾਂ ਕੋਈ ਸਰਕਾਰ ਤੁਹਾਡੀ ਮਦਦ ਕਰੇ ਚੰਗਾ ਡਾਕਟਰ ਮਿਲ ਜੇ ਤੇ ਹੋ ਸਕਦਾ ਹੈ ਬੱਚੇ ਠੀਕ ਹੋ ਸਕਦੇ ਆ ਹਾਂਜੀ ਹੋ ਸਕਦੇ ਆ ਜੀ ਹੋ ਸਕਦੇ ਜੇ ਕੋਈ ਮਦਦ ਕੀਤੀ ਜਾਵੇ ਜੀ ਤੁਸੀਂ ਕੀ ਮੰਗ ਕੀ ਕਰਦੇ ਨੈਂ ਮੰਗ ਹੁਣ ਇਹੋ ਹੀ ਕਰਦਾ ਵੀ ਕੋਈ ਸਮਾਜ ਸੇਵਕ ਕੋਈ ਸਾਡੇ ਬੱਚਾ ਨੂੰ ਕੋਈ ਜਾਂ ਜਾਂਦਕ ਤੇ ਇਹਨਾਂ ਨੂੰ ਦਾਖਲ ਦੂਰ ਕਰਾ ਦੇਣ ਜਾਂ ਫਿਰ ਮੇਰੀ ਕੋਈ ਮਦਦ ਕੀਤੀ ਜਾਵੇ ਮੈਂ ਖੋਜ ਆਪ ਹੀ ਲੈ ਕੇ ਜਾ ਸਕਾਂ ਤੇ ਹੋਰ ਮੈਂ ਬਾਕੀ ਤੇ ਸਾਰਾ ਬੇਵੱਸ ਹੋ ਗਿਆ RAM ਜਿਹੜਾ ਇਹ ਆ ਸਕਦਾ ਤੁਹਾਡੇ ਕੋ ਪਿੰਡ ਚੋਂ ਕੋਈ ਕੁਝ ਲੋਕਾਂ ਨੇ ਮਦਦ ਕੀਤੀ ਨਹੀਂ ਕੀਤੀ ਨਹੀਂ ਪਿੰਡਾਂ ਦੇ ਲੋਕੀ ਸਾਡੇ ਘਰ ਹੁਣ ਨਹੀਂ ਆੜਗੇ ਤੇ ਮਇਤ ਦੀ ਤੁਸੀਂ ਕੀ ਗੱਲ ਕਰ ਰਹੇ ਪਿੰਡ ਦੇ ਲੋਕ ਤਾਂ ਸਾਡੇ ਘਰ ਹੀ ਨਹੀਂ ਆਉਂਦੇ ਅੱਛਾ ਵੀ ਉਹਨਾਂ ਨੇ ਸਾਡੇ ਕੋਲ ਮਤ ਮੰਗਣੀ ਆ ਤੇ ਮਇਤ ਨੇ ਮੰਗਣੀ ਕੀ ਪਤਾ ਇਹਨਾਂ ਨੂੰ ਕੀ ਗੱਲ ਰਕ ਪਸਾਨ ਠੀਕ ਜਿ ਤਰ੍ਹਾਂ ਆਮ ਜਨਾਨੀਆਂ ਦਾ ਹੁੰਦਾ ਨਾ ਕੀ ਪਤਾ ਇਹਨਾਂ ਨੂੰ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਕਰਕੇ ਘਰ ਹੀ ਨਹੀਂ ਕੋਈ ਆਉਂਦਾ ਸਾਰੇ ਸਬੰਧ ਵੀ ਜਿਹੜੇ ਸਾਰੇ ਪਿੱਛੇ ੜ ਗਿਆ ਤੁਰਸਦਾਰ ਨੇ ਕਦੀ ਇਹਨੇ ਕਿਹਾ ਵੀ ਤੁਹਾਡਾ ਇਲਾਜ ਕਰਾ ਦਿੰਨੇ ਆ ਬੱਚਿਆਂ ਦਾ ਡਿਆ ਨਹੀ ਨਹੀ ਕੋਈ ਇਨੇ ਜੋਗਾ ਹੈ ਨਹੀਂ ਗਾ ਤੇ ਮੈਂ ਜੋ ਸਗੋ ਜਿੰਦ ਚੰਗਾ ਭਲਾ ਹੀ ਹੋਰ ਮੇਰੇ ਕੋ ਸਗੋ ਜਿੱਤਣਾਂ ਦੀ ਮਰਜ਼ੀ ਮੈਨੂੰ ਕੋਈ ਪੈਸਾ ਤੇਲਾ ਕੋਈ ਕੋਈ ਕਿਹੇ ਕੰਮ ਰਕਮ ਦੀ ਵੀ ਲੋੜ ਪਾਣੀ ਤੇ ਮੇਰੇ ਕੋ ਆ ਜਾਂਦੇ ਨੇ ਆਪ ਹੁਣ ਕੋਈ ਇਥੇ ਹੁੰਦਾ ਹੀ ਨਹੀਂ ਵੱਡੇ ਬੇਟੇ ਦੀ ਉਮਰ ਕਿੰਨੀ ਹੈ ਤੇ ਛੋਟੇ ਦੀ ਕਿੰਨੀ ਹੈ 35 ਸਾਲ ਵੱਡੇ ਦੀ ਆ ਤੇ 32 ਸਾਲ ਉਹਦੀ ਹੋਣੀ ਨਿੱਕੇ ਦੀ ਇਨਾਂ ਦਾ ਦੋ ਦੋ ਸਾਲ ਦਾ ਦੋ ਸਾਲਾਂ ਦਾ ਫਰਕ ਕੋਈ ਛੋਟੇ ਹੈ ਬੱਚੇ ਤੁਹਾਡੇ ਜਿਹੜੇ ਤੋਂ ਪੜ ਕੇ ਹਟੇ ਆ ਕੰਮਕਾਰ ਵੀ ਕਰਦੇ ਸੀ ਹਾਂਜੀ ਕੰਮਕਾਰ ਕਰਦੇ ਸੀ ਕਾਹਦਾ ਕੰਮ ਕਰਦੇ ਸੀ ਕੰਮਕਾਰ ਐ ਦੁਕਾਨ ਦਾ ਕਰਦੇ ਰਹੇ ਬੜਾ ਜਿਆਦਾ 14 ਸਾਰਾ ਦਿਨ ਮੈਂ ਮਾਪੋਤੇ ਹੀ ਦਿਂਦੇ ਨੇ ਹਾਂ ਇਹ ਤੇ ਅਖਬਾਰ ਵੇਚ ਕੇ ਆਣ ਕੇ ਤੇ ਨਾਲ ਸਬਦਾ ਲਿਆ ਦੇਣਾ ਬੜੇ ਜਿਆਦਾ ਕੰਮ ਚੱਲਿਆ ਪੀਪੇ ਕੋਦੇ ਖਾਂਡੀਆਂ ਬੋਰੀਆਂ ਤੇ ਸਾਰੀ ਦਿਹਾੜੀ ਮਾਪੋਤੇ ਦੁਕਾਨ ਤੇ ਰਹਿੰਦੇ ਨੇ ਇਹਨਾਂ ਕੋਈ ਪਤਾ ਨਹੀਂ ਪਾਸਪੋਰਟ ਵੀ ਬਣਾਇਆ ਪਾਸਪੋਰਟ ਵੀ ਪਤਾ ਨਹੀਂ ਕਿਹਨੇ ਕੀ ਜੀ ਕੀ ਚੱਕਰ ਚੱਲਿਆ ਤੇ ਕੀ ਨਹੀਂ ਉਹ ਵੀ ਉਹਨੇ ਪਰੇਸ਼ਾਨੀ ਉਹ ਵੀ ਉਹ ਜੇਬ ਚ ਭਾਪਕ ਤੇ ਉਹਨੇ ਉਹਨੂੰ ਵੀ ਉਹਨੂੰ ਰਲ ਦੇ ਕੋਲ ਤੇ ਘਰ ਚੁੱਟਿਆ ਬੜਾ ਚਾਹ ਛੋਟਾ ਵੀ ਕੰਮ ਕਰਦਾ ਰਿਹਾ ਛੋਟੇ ਨੇ ਨਹੀਂ ਕੀਤਾ ਉਹ ਉਹ ਵੀ ਇਹ ਨਹੀਂ ਇਹ ਵੀ ਨਹੀਂ ਆਂਦੇ ਰਹੇ ਉਹਨੂੰ ਕੰਮ ਤੇ ਉਹ ਵੀ ਨਹੀਂ ਆਂਦਾ ਆਂਦਾ ਲਾੜਲਾ ਹੈ ਲਾੜਲਾ ਹੈ ਤੇ ਉਹਨਾਂ ਕੰਮ ਵੀ ਨਹੀਂ ਕਰ ਲੈਂਦਾ ਹਾਂ ਉਹ ਭਲਾ ਮਾਣਸ ਬੜਾ ਹੀ ਮੁੰਡਾ ਸਾਡਾ ਦੱਸ ਰਹੇ ਆ ਵੀ ਜਦੋਂ ਵੀ ਵੱਡਾ ਜਦੋਂ ਮਤਲਬ ਬੁੱਧੀ ਹੋ ਗਿਆ ਇਹ ਬਹੁਤ ਫਿਕਰ ਕਰਦਾ ਇਹ ਨੱਕਾ ਹਾਂਜੀ ਜਿਹਦਾ ਕਰਕੇ ਇਹਦੇ ਤੇ ਵੀ ਅਸਰ ਪੈ ਗਿਆ ਅਸਰ ਪੈ ਗਿਆ ਮਗਰਮਗਰ ਹੀ ਰਹਿੰਦਾ ਮਗਰਮਗਰ ਤਾਂ ਰੋਟੀ ਪਾਣੀ ਵੀ ਨਾਲ ਇਕੱਠਿਆਂ ਹੀ ਖਾਣਾ ਸਭ ਕੋਈ ਜਾ ਪਾਣੀ ਤੇ ਕਦੀ ਇਹਨਾਂ ਲੜਾਈ ਦਾ ਵੀ ਨਹੀਂ ਪਤਾ ਕੋਈ ਲੜਨ ਪਿੰਡਾ ਪੀ ਨਹੀਂ ਪਿਆਣੇ ਲਾੜੀ ਪੈਂਦੇ ਪਰ ਉਹਨੇ ਮੈਂ ਸਭ ਆਖਣਾ ਪੀ ਤੇ ਮੈਨੂੰ ਮੁੰਡੇ ਨੂੰ ਦੂਜੇ ਨੂੰ ਕਾਕੇ ਨੂੰ ਵੀ ਡਾਇਆ ਕਰ ਕੰਮ ਤੇ ਉਹਨੇ ਆਖਣਾ ਇਹਨੂੰ ਆਪੇ ਕਰਦੇ ਰਹਿਣਾ ਵੱਡੇ ਦਾ ਕੀ ਨਾਮ ਉਹਦੇ ਨਾ ਕਮਲਜੀਤ ਸਿੰਘ ਛੋਟੇ ਦਾ ਛੋਟੇ ਨਾ ਗਰਦਿਆਲ ਸਿੰਘ ਮੇਰਾ ਨਾਮ ਕਮਲੇਸ਼ ਕੌਰ ਆ ਇਹ ਜਿਹੜੇ ਨੌਜਵਾਨ ਨੇ ਦੋਨੇ ਸੰਗੜਾ ਨਾਮ ਬੰਨੇ ਇਹ ਕੀ ਲੱਗਦੇ ਨੇ ਤੁਹਾਡੇ ਇਹ ਮੇਰੇ ਭਰਾ ਵਾ ਦੋਵੇਂ ਮੇਰੇ ਤੋਂ ਵੱਡੇ ਐ ਤੇ ਇਹਨਾਂ ਨੂੰ ਕੁਝ 20-25 ਸਾਲ ਹੋ ਗਏ ਇਸ ਤਰ੍ਹਾਂ ਬਿਮਾਰੀ 'ਚ ਮਤਲਬ ਬੁੱਧੀ ਇਹਨਾਂ ਦੀ ਪੜਦੇ ਆ ਪੜਦੇ ਆ ਜੀ ਕੁਝ ਐਓ ਜੀ ਹਾਲਾਤ ਆਏ ਸਮਾਗੋ ਇਹਦਾ ਦਾ ਆ ਕਿ ਇਹਨਾਂ ਦੀ ਬੁੱਧੀ ਜਿਹੜੀ ਨਹੀਂ ਕੰਮ ਕਰਦੀ ਤੇ ਦਵਾਈ ਖਵਾ ਲਿਆ ਉਹਨਾਂ ਨੂੰ 20-25 ਸਾਲ ਹੋ ਗਏ ਇਹਨਾਂ ਨੂੰ ਡੈਡੀ ਇਹਨੂੰ ਖਵਾਉਂਦੇ ਆ ਲਿਆ ਕੇ ਪਰ ਨਹੀਂ ਇਹਨਾਂ ਨੂੰ ਕਦੇ ਵੀ ਰਮਾਨ ਨਹੀਂ ਆਉਂਦਿਆ ਤੇ ਇਹਨਾਂ ਦੀ ਮਤਲਬ ਦਵਾਈਆਂ ਨਾਲ ਜਿਆਦਾਆਂ ਲਿਆ ਲਿਆ ਕਿ ਖਵਾ ਖਵਾ ਕੇ ਵੀ ਬੁੱਧ ਜਿਹੜੀ ਜਿਆਦਾ ਹੀ ਵਿਗੜ ਗਈ ਆ ਔਰ ਹੁਣ ਸੰਗਲਾਂਾ ਬਦਨਣ ਲਈ ਮਜਬੂਰ ਹੋਣਾ ਪਿਆ ਤਾਂ ਸੰਗਲਾਂਾ ਬਦਨਣ ਲਈ ਕਰਕੇ ਕਿ ਦੋਵੇਂ ਮਾਤਾ ਪਿਤਾ ਮੇਰੇ ਹੁੰਦੇ ਘਰ ਮੈਂ ਵਿਆਹੀ ਆ ਆਪਣੇ ਸਹੁਰੇ ਘਰ ਰਹੀ ਨੇ ਤੇ ਇਹ ਬਜ਼ੁਰਗ ਵਾਇਕ ਤੇ ਇਹਨਾਂ ਨੂੰ ਰੋਟੀ ਪਾਣੀ ਦਿੰਦੇ ਆ ਤੇ ਇਹਨਾਂ ਨੂੰ ਇਹ ਤਾਂਗਾ ਕਰਦੇ ਆ ਹੱਥੀ ਵੀ ਪੈਂਦੇ ਇਹਨਾਂ ਦੇ ਮਾਰਨੂ ਵੀ ਪੈਂਦੇ ਆ ਤੇ ਦੂਜੀ ਗੱਲ ਇਹ ਕਿ ਮਤਲਬ ਇਦਾਂ ਘਰ ਵਿੱਚ ਜਿਉਂਦਾ ਮਰਜੀ ਜਿਹਦੇ ਮਰਜੀ ਦਿਵਾਲੇ ਹੋ ਜਾਂਦੇ ਆ ਤੇ ਨੀ ਬਾਹਰ ਵੀ ਭੱਜ ਜਾਂਦੇ ਆ ਕਰੋ ਬਾਹਰ ਵੀ ਭੱਜ ਜਾਂਦੇ ਹੁਣ ਇੱਕ ਨੂੰ ਛੱਡਿਆ ਹੀ ਲੈਟਰੀਨ ਬਾਥਰੂਮ ਕਹਿੰਦੇ ਕਿ ਅਸੀਂ ਜਾਣਾ ਵਾ ਜਿਹੜੇ ਕਰਦੇ ਨੇ ਸਤਾਉਂਦੇ ਆ ਕਿ ਅਸੀਂ ਲੈਟਰੀਨ ਜਾ ਆ ਗਿਆ ਨੂੰ ਬਾਥਰੂਮ ਜਾਣਾ ਆ ਕਰਨਾ ਉਹ ਕਰਨਾ ਫਿਰ ਜਦੋਂ ਛੱਡ ਦੇਣਾ ਤੇ ਮੁੜ ਕੇ ਫੜੇ ਨਹੀਂ ਜਾਂਦੇ ਤੇ ਭੱਜ ਜਾਂਦੇ ਤੇ ਫਿਰ ਦੋ ਚਾਰ ਬੰਦਿਆਂ ਨੂੰ ਲਿਆ ਕੇ ਪਿੰਡ ਦੇ ਨਾਲ ਤੇ ਫਿਰ ਬੰਨੀ ਦੇ ਨਾਲ ਨੂੰ ਲਿਆ ਕੇ ਤੇ ਉਹ ਫਿਰ ਦੋ ਤਿੰਨ ਦਿਨ ਹੋ ਗਏ ਸ਼ੁੱਕਰਵਾਰ ਦਾ ਵੱਡਾ ਨਿਕਲ ਗਿਆ ਕਰੋ ਕਿ ਉਹ ਮਤਲਬ ਕਹਿੰਦਾ ਕਿ ਮੈਂ ਬਾਥਰੂਮ ਜਾਣਾ ਲੈਟਰਿੰਗ ਜਾਣਾ ਤੇ ਘਰੋਂ ਗੁਰਦੁਆਰੇ ਗਿਆ ਤੇ 3 ਦਿਨ ਹੋ ਗਏ ਕੋਈ ਪਤਾ ਨਹੀਂ ਉਹ ਕਿੱਥੇ ਹੈ ਤੇ ਕਿੱਥੇ ਨਹੀਂ ਤਾਂ ਐ ਉਹਨਾਂ ਨੂੰ ਖੁਸ਼ਿਆ ਕਈਆਂ ਜਾਣਿਆਂ ਨੂੰ ਲਾਗੋ ਬਣ ਪਤਾ ਕੀਤਾ ਪਰ ਕਿਤੇ ਨਹੀਂ ਲੱਭਿਆ ਅੱਗੇ ਵੀ ਜਿਹੜਾ ਛੋਟਾ ਸੀ ਉਹ ਘਰੋਂ ਚੱਲ ਗਿਆ ਸੀ ਤੇ ਮਤਲਬ 9 ਮਹੀਨੇ ਘਰ ਆਇਆ ਹੀ ਨਾ ਉਹਨਾਂ ਨੇ ਇਹਨਾਂ ਨੇ ਪਰੇਸ਼ਾਨੀ ਜਿਹੀ ਰੱਖਿਆ 9 ਮਹੀਨੇ ਘਰ ਨਹੀਂ ਰਿਹਾ ਐ ਹੋਟਿਆਂ ਅਮਰਸਰ ਤੋਂ ਲੱਭਾ ਹੈ ਮੁੜ ਕੇ 9 ਮਹੀਨੇ ਇਹਨਾਂ ਨੂੰ ਕਦੀ ਕਿਤੇ ਲਾਉਦੇ ਰਹੇ ਕਦੀ ਕਿਤੇ ਤੇ ਪਰ ਇਹਨਾਂ ਦਾ ਮੁੜ ਕੇ ਜਿ ਨਿਕਲ ਜਾਂਦੇ ਤੇ ਲੱਭਦੇ ਨਹੀਂ ਆ ਮੁੜ ਕੇ ਤੇ ਇਹਨਾਂ ਨੂੰ ਬੰਨ ਕੇ ਰੱਖਣਾ ਪੈਂਦਾ ਤਾਂ ਤੁਹਾਨੂੰ ਲੱਗਦਾ ਵੀ ਜੇ ਪ੍ਰੋਪਰ ਤਰੀਕੇ ਨਾਲ ਇਲਾਜ ਹੋ ਜੇ ਦਾਖਲ ਕਰਵਾ ਕੇ ਤੇ ਠੀਕ ਹੋ ਸਕਦੇ ਆ ਹਾਂਜੀ ਠੀਕ ਤੇ ਹੋ ਸਕਦੇ ਪਰ ਹੁਣ ਡੈਡੀ ਦੀ ਨਹੀਂ ਹੈ ਨਹੀਂ ਮਤਲਬ ਕਮਾਈ ਹੈ ਨਹੀਂ ਆ ਕਿਉਂਕਿ ਅਗੇ ਉਹ 12 ਵਜੇ ਤੱਕ ਕੰਮ ਚੱਲਦਾ ਸੀ ਤੇ ਲੋਕਡਾਊਨ ਦੇ ਕਰਕੇ ਮਤਲਬ ਹੁਣ ਕੰਮ ਵੀ ਬਹੁਤ ਜ਼ਿਆਦਾ ਡਾਊਨ ਵਾ ਤੇ ਘਰ ਜਿੱਦਾਂ ਨੂੰ ਪਤਾ ਖਰਚੇ ਵੀ ਕਿੰਨੇ ਆ ਰੋਟੀ ਦਾ ਵੀ ਹਰ ਇੱਕ ਚੀਜ਼ ਘਰ ਚ ਚਾਹੀਦੀ ਹੈ ਤੇ ਇਹਨਾਂ ਦਾ ਮਤਲਬ ਕਿ ਦਵਾਈ ਦਾਰੂ ਦਾ ਵੀ ਖਰਚਾ ਵਾ ਇਹਨਾਂ ਦੀ ਸਾਮ ਸੰਭਾਲ ਵੀ ਕਰਨੀ ਪੈਂਦੀ ਸਭ ਕੁਝ ਕਰਨਾ ਪੈਂਦਾ ਆਪ ਨੂੰ ਕਿ ਜਦ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਸੰਭਾਲਣਾ ਇਹੋ ਜੀ ਉਮਰ 'ਚ 60 65 ਸਾਲ ਦੀ ਇਹਨਾਂ ਦੀ ਉਮਰ ਹੋ ਗਈ ਆ ਤੇ ਅੱਜ ਕੋਨਨ ਨੂੰ ਮਾਫ਼ ਕਰਕੇ ਪਿਸ਼ਾਬ ਤੱਕ ਲੈਟਰਿੰਗ ਤੱਕ ਘਰਾ ਕੇ ਤੇ ਬਿਠਾਉਣਾ ਪੈਂਦਾ ਇਹਨਾਂ ਨੂੰ ਆਪ ਹੱਥ ਲੈਟਰਿੰਗ ਤੱਕ ਚੁਕਣੀ ਪੈਂਦੀ ਇਹਨਾਂ ਦੇ ਅੰਦਰ ਬਾਥਰੂਮ ਉੱਥੇ ਬੈਠੇ ਬੈਠ ਕੇ ਬਾਥਰੂਮ ਕਰੀ ਜਾਂਦੇ ਆ ਤੇ ਉੱਥੇ ਧੋਣਾ ਪੈਂਦਾ ਰੋਜ਼ਾਨਾ 60 65 ਸਾਲ ਦਾ ਬਜ਼ੁਰਗ ਬੰਦਾ ਤੁਸੀਂ ਦੱਸੋ ਕਿ ਇਹੋ ਜੇ ਕੰਮ ਕਰ ਹੈਗਾ ਮਾਤਾ ਫਿਕਰ ਨਾਲ ਦੇਖੋ ਇਹਨਾਂ ਦੀ ਕੀ ਹਾਲਤ ਤੇ ਆਪ ਹੀ ਇਹਦੇ ਬਾਥਰੂਮ ਬੂਥਰਮ ਸਭ ਕੁਝ ਧੋਹਦੀ ਤਾਂਂਦੀ ਸਭ ਕੁਝ ਕਰਨਾ ਪੈਂਦਾ ਬਾਹਰ ਲੈਟਰਿੰਗ ਜੇ ਕਰ ਲੈਂਦੇ ਤੂੰ ਵੀ ਆਪ ਚੁਕਣਾ ਪੈਂਦਾ ਕਦੇ-ਕਦੇ ਕਿ ਰਿਸ਼ਤੇਦਾਰ ਨੇ ਜਾਂ ਕੋਈ ਪਿੰਡ ਵਾਲੇ ਨੇ ਮੱਦ ਲਈ ਆਏ ਤੁਹਾਡੇ ਨਹੀਂ ਸਰ ਰਿਸ਼ਤੇਦਾਰ ਤੁਹਾਨੂੰ ਪਤਾ ਪਿੰਡਾਂ ਵਿੱਚ ਕਿੰਨੀ ਕਮਾਈ ਰਿਸ਼ਤੇਦਾਰ ਵੀ ਜਿਓ ਜਿਹੀਂ ਉਦਾਂ ਦੇ ਆਪੋ ਆਪਣੇ ਦਿਹਾੜੀ ਦਾ ਪਿਆਪੋ ਆਪਣਾ ਦਾ ਗੁਜ਼ਾਰਾ ਹੋਣ ਡਿਆ ਮਾਂ ਤੇ ਨਾ ਹੀ ਸਾਨੂੰ ਕਿਹਨੇ ਕੋਈ ਮਦਦ ਦਿੱਤੀ ਤੇ ਨਾ ਕਿ ਸਰਪੰਚ ਨੇ ਨਾ ਕਿ ਪਿੰਡ ਦੇ ਬੰਦੇ ਨੇ ਕੋਈ ਮਦਦ ਕੀਤੀ ਕਿ ਮਤਲਬ ਜਾਂ ਕੋਈ ਪਿੰਡ ਚ ਕੋਈ ਹੈਲਪ ਹੋ ਜੇ ਜਾਂ ਕਿ ਗੱਲ ਦੀ ਕਦੀ ਕਿਸੇ ਨੇ ਕੋਸ਼ਿਸ਼ ਵੀ ਨਹੀਂ ਕੀਤੀ ਕਿ ਦਾਖਲ ਕਰਾ ਦਈਏ ਬੱਚੇ ਨਹੀਂ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਕਿਸੇ ਨੇ ਮਦਦ ਕੀਤੀ ਆਡੀ ਜੋ ਵੇ ਕੀਤਾ ਆਪਣੇ ਸਿਰ ਬਸੇਰੀ ਡੈਡੀ ਨੇ ਕੀਤਾ ਵਾ ਤੇ ਪਰ ਨਹੀਂ ਹੁਣ ਸਾਡੇ ਹੱਥ ਹੋ ਗਈ ਜਦਾਂ ਕੋਈ ਵੀ ਗੱਲ ਦੀ ਹੱਥ ਹੋ ਜਾਂਦੀ ਨਾ ਉਹ ਬੇਵੱਸ ਹੋ ਗਿਆ ਸੀ ਮਾਪਿਓ ਵੀ ਬੇਵੱਸ ਹੋ ਗਿਆ ਸਾਡਾ ਕੀ ਤੁਸੀਂ ਮੰਗ ਕੀ ਕਰਦੇ ਮੰਗ ਇਹੀ ਕਰਦੇ ਆ ਤੁਹਾਡੀ ਮਦਦ ਕੀਤੀ ਜਾਏ ਕੋਈ ਸੰਸਥਾ ਵਾਲਾ ਇਹਨਾਂ ਦਾ ਇਲਾਜ ਕਰਾ ਦੇ ਜਾਂ ਇਲਾਜ ਕਰਾਵੇ ਜਾਂ ਇਹਨਾਂ ਨੂੰ ਕੋਈ ਹਸਪੀਟਲ ਵਿੱਚ ਵਿੱਚ ਮਤਲਬ ਇਦਾਂ ਜਿਸਾਂ ਸੰਸਥਾਵਾਂ ਵਾਲੇ ਹੈਲਪ ਕਰ ਦਿੰਦੇ ਇਹਨਾਂ ਦੀ ਰੱਖ ਲੈਂਦੇ ਜਾਂ ਕਿਦਾਂ ਇਦਾਂ ਦੀ ਕੋਈ ਮਾਈ ਸਾਡੀ ਕਰੇ ਇਹੋ ਜੀ ਅਸੀਂ ਅਲਪ ਮੰਗਦੇ ਆ ਕਿ ਸਾਨੂੰ ਕੋਈ ਲਾਲਚ ਨਹੀਂ ਕਿ ਕੋਈ ਕੋ ਪੈਸਾ ਲਈਏ ਸਾਨੂੰ ਇਹ ਲਾਲਚ ਕਿ ਇਹਨਾਂ ਦੀ ਇਹ ਸਹੀ ਹੋ ਜਾਣ ਸਾਨੂੰ ਸੱਚ ਤੋਂ ਮੈਂ ਸੱਚੋਂ ਮਨ ਤੋਂ ਕਹਾਂਦੀ ਆ ਸਾਨੂੰ ਇਹੋ ਜੀ ਕੋਈ ਇਲਾਜ ਨਹੀਂ ਕਿ ਸਾਨੂੰ ਕੋਈ ਪੈਸਾ ਦੇਵੇ ਅਸੀਂ ਕਿਹਦੇ ਪੈਸੇ ਨੂੰ ਵੇਖਣ ਦੇ ਸਾਨੂੰ ਇਹ ਹੈ ਕਿ ਇਹਨਾਂ ਦੀ ਬੁੱਧੀ ਸਹੀ ਹੋ ਜੇ ਇਹਨਾਂ ਦਾ ਕੋਈ ਇਲਾਜ ਕਰਾ ਦੇ ਕੋਈ ਸਾਡੀ ਇਹ ਮਾਇਤ ਕਰ ਦੇ ਕੋਈ ਸੰਸਥਾ ਵਾਲਾ ਕਿ ਇਹਨਾਂ ਨੂੰ ਰਹਿਣ ਸਣ ਕੁਝ ਸਮਾ ਸੰਭਾਲ ਦੇ ਕਿ ਮਤਲਬ ਇਹ ਠੀਕ ਹੋ ਕੇ ਤੇ ਘਰ ਆਪਣੇ ਆਉਣ ਇਸ ਤਰ੍ਹਾਂ ਦੀ ਅਸੀਂ ਮਾਇਤ ਮੰਗਦੇ ਆਂ ਕਿਉਂਕਿ ਅਸੀਂ ਆਪਣੀ ਕੋਸ਼ਿਸ਼ ਬਹੁਤ 25 ਸਾਲ ਤੋਂ ਕਰ ਰਹੇ ਇਹਨਾਂ ਦੀ 35 35 40 ਸਾਲ ਉਮਰ ਹੋ ਗਈ ਆ 1988 82 ਦਾ ਛੋਟੇ ਦਾ ਜਨਮ ਤੇ ਉਹ ਦਾ ਦੋ ਤਿੰਨ ਸਾਲ ਹੋ ਵੱਡਾ ਆ ਉਦੋਂ ਦਾ ਹੀ ਪੜਦੇ ਪੜਦੇ 1997 99 ਵਿੱਚ ਬਿਮਾਰ ਹੋ ਗਏ ਸਮਾਂ ਜਿਹੜਾ ਬੱਚੇ ਜਦੋਂ ਜਵਾਨ ਹੋ ਜਾਂਦੇ ਮਾਪੇ ਜੋ ਇਹਦੇ ਅੱਗੇ ਬੱਚੇ ਜਿਹੜੇ ਉਹ ਲਾਠੀ ਬੰਨ੍ਹ ਕੇ ਸਾਡੀ ਹਾਂ ਜੀ ਜਰੂਰ ਹੋ ਜਾਣ ਇਹੋ ਜਿਹੇ ਹਾਲਾਤ ਦੇਖਣੇ ਪੈਣ ਲਏ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮਤਲਬ ਹਰ ਕੋਈ ਚਾਹੁੰਦਾ ਕਿ ਮੇਰੇ ਬੱਚੇ ਅੱਗੇ ਵਧਣ ਕੋਈ ਚਲੋ ਕਮਾਈ ਕਰਦੇ ਤੇ ਇਹ ਬੈਠ ਕੇ ਖਾਂਦੇ ਹੁਣ ਜਿੱਦਾਂ ਉਮਰ ਹੋ ਗਈ ਪਰ ਹੁਣ ਸਾਡੀ ਕਿਸਮਤ ਵਾਂ ਜਾਂ ਕੁਝ ਵੀ ਜਿੱਦਾਂ ਵੀ ਹੁਣ ਹਾਲਾਤ ਵਾਂ ਆ ਨੌਣ ਨੇ ਜਠਣਾਈ ਪੈ ਰਿਆ ਹੁਣ ਇਹਨਾਂ ਨੂੰ ਕੱਢ ਵੀ ਨਹੀਂ ਸਕਦੇ ਕਿਤੇ ਕਿਉਂਕਿ ਆਪਣੇ ਭੈਣ ਭਰਾ ਵਾਂਗ ਦੁੱਖ ਵਾ ਇਹਨਾਂ ਦਾ ਅਹੀਂ ਇਹਨਾਂ ਨੂੰ ਅੰਦਰੇ ਵੀ ਸਾਨੂੰ ਗਾਲ੍ਹਾਂ ਵੀ ਕੱਢਦੇ ਆ ਜੋ ਵੀ ਕਰਦੇ ਆਂ ਅਹੀਂ ਫੇਰ ਵੀ ਇਹਨਾਂ ਨੂੰ ਰੋਟੀ ਅੰਦਰ ਹੀ ਦੇਣ ਦੇ ਡਰਦੇ ਡਰਦੇ ਅਸੀਂ ਬਾਰੀ ਥਾਣੀ ਚੀਜ਼ਾਂ ਪਣਾਉਨੇ ਆ ਵੀ ਸਾਨੂੰ ਫੜਵੇਂ ਹੱਥੀ ਬਣਾ ਢੇ ਪੈ ਜਾਣ ਕਿਉਂਕਿ ਜਦੋਂ ਇਹ ਜੋਸ਼ ਚ ਆਉਂਦੇ ਆ ਕੁਝ ਵੀ ਕਹੈਂਦੇ ਆ ਮੈਨੂੰ ਗਾਲ੍ਹਾਂ ਕੱਢਦੇ ਆ ਮਾਰਨ ਪੈਂਦੇ ਆ ਅਹੀਂ ਵਾਰੀ ਥਾਣੀ ਨਾ ਚੀਜ਼ਾਂ ਪੜਾਉਨੇ ਆ ਦੂਜੇ ਨੇ ਇੱਥੇ ਬਰਾਂਡੇ ਵਿੱਚ ਹੀ ਬੰਨਿਆ ਇੱਥੇ ਚੀਜ਼ਾਂ ਦੂਰੋਂ ਹੀ ਲਾਗੇ ਰੱਖ ਦੇਈ ਦੀ ਕਿ ਤੁਹਾਨੂੰ ਨਾ ਕੁਝ ਕਹਿ ਦੇਣ ਤੇ ਉਹਨੂੰ ਬੰਨਿਆ ਹੀ ਤੇ ਉਹ ਜਿਵੇਂ ਬਾਨੇ ਨਾ ਕਿ ਮੈਨੂੰ ਖੋਲ ਦੋ ਮੈਨਾਂ ਹੋਣਾ ਮੈਂ ਇਸ ਤਰ੍ਹਾਂ ਕਰਨਾ ਹੁਣ ਹਰ ਵਾਰੀ ਕਿੰਨਾ ਕ ਵਾਰੀ ਕੋਈ ਬੰਨੇ ਜਦੋਂ ਬੰਨੇ ਤਾਂ ਉਦੋਂ ਕਹਿਣਾ ਮੈਂ ਆਹ ਕਰਨਾ ਮੈਂ ਉਹ ਕਰਨਾ ਤੇ ਫੇਰ ਮੁੜ ਕੇ ਖੋਲ ਕੇ ਤੇ ਮੁੜ ਕੇ ਹੱਥ ਨਹੀਂ ਲੱਗਣ ਦੇਣਾ ਕਹਿੰਦਾ ਕਿੰਨਾ ਕੁ ਪੜੇ ਨੇ ਦਾਦਾ ਜਮਾਤਾ ਦੋਵੇਂ ਪੜੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਦੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ